ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੋਲ ਰਹੇ ਹਾਂ ਸਾਂਝਾ ਮੋਰਚਾ ਜੀਰਾ ਤੋਂ, ਮੈਂ ਰੋਮਨ ਬਰਾੜ, ਅਤੇ ਅਸੀਂ ਅੱਜ ਮੋਰਚੇ 'ਤੇ ਖੜ੍ਹੇ ਹਾਂ ਅਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਂਝਾ ਮੋਰਚਾ ਜੀਰਾ ਦਾ ਇੱਕ ਗੰਦੀ ਇੰਡਸਟਰੀ ਨੂੰ ਬੰਦ ਕਰਵਾਉਣ ਵਾਸਤੇ ਪੂਰੇ ਪੰਜਾਬ ਨੇ ਸਾਡਾ ਬਹੁਤ ਸਾਥ ਦਿੱਤਾ, ਤੁਸੀਂ ਇਲਾਕੇ ਨੇ ਸਾਡਾ ਬਹੁਤ ਸਾਥ ਦਿੱਤਾ। ਇਸੇ ਹੀ ਤਹਿਤ ਇੱਕ ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਜਿਹੜਾ ਕਿ ਲੁਧਿਆਣੇ ਦੀਆਂ ਜਿੰਨੀਆਂ ਫੈਕਟਰੀਆਂ, ਡਾਇੰਗ ਫੈਕਟਰੀਆਂ, ਜਿਹੜੇ ਕੱਪੜਾ ਰੰਗ ਦੀਆਂ ਫੈਕਟਰੀਆਂ, ਸਾਰੀਆਂ ਫੈਕਟਰੀਆਂ ਉਹ ਗੰਦਾ ਪਾਣੀ ਜਿਹੜਾ ਆਪਦਾ ਉਹ ਬੁੱਢੇ ਨਾਲੇ ਵਿੱਚ ਪਾਉਂਦੀਆਂ, ਅਤੇ ਉਸ ਪਾਣੀ ਨੂੰ ਬੰਦ ਕਰਵਾਉਣ ਦੇ ਵਾਸਤੇ, ਬੁੱਢੇ ਨਾਲੇ ਦੇ ਪਾਣੀ ਨੂੰ ਠੀਕ ਕਰਨ ਵਾਸਤੇ ਇੱਕ ਬਹੁਤ ਵੱਡਾ ਮੋਰਚਾ ਲੱਗਣ ਜਾ ਰਿਹਾ ਪੰਜਾਬ ਲੈਵਲ 'ਤੇ, ਜਿਹਦਾ ਕਿ 24 ਤਰੀਕ ਨੂੰ, ਇਸੇ 24 ਤਰੀਕ ਨੂੰ ਲੁਧਿਆਣੇ ਦੇ ਵਿੱਚ ਰੋਡ ਮਾਰਚ ਕੀਤਾ ਜਾਣਾ। ਆਪ ਜੀ ਨੂੰ ਬੇਨਤੀ ਕਰਦੇ ਹਾਂ, ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪ ਜੀ ਦੇ ਪਿੰਡਾਂ ਵਿੱਚ ਵੀ ਆਵਾਂਗੇ, ਲਾਮਬੰਦੀ ਵੀ ਕਰਾਂਗੇ। 24 ਤਰੀਕ ਨੂੰ ਇੱਕ ਵੱਡਾ ਇਕੱਠ ਲੈ ਕੇ ਲੁਧਿਆਣੇ ਦੇ ਵਿੱਚ ਪੁੱਜੀਏ। ਲੁਧਿਆਣੇ ਜਾ ਕੇ ਉਹ ਜਿਹੜੇ ਟੀਮ ਉੱਥੇ ਇਹ ਸੰਘਰਸ਼ ਕਰ ਰਹੀ ਹੈ ਅਤੇ ਉਹਨਾਂ ਦਾ ਸਾਥ ਦਈਏ। ਅਸੀਂ ਨਾਲ ਮੇਰੇ ਸਾਥੀ ਆ, ਮੈਂ ਸਾਥੀ ਨੂੰ ਬੇਨਤੀ ਕਰੂੰਗਾ, ਸਾਡੇ ਨਾਲ ਸਰਪੰਚ ਕੁਲਵਿੰਦਰ ਸਿੰਘ, ਫਤਿਹ ਸਿੰਘ ਆ। ਫਤਿਹ ਸਿੰਘ ਨੂੰ ਪਹਿਲਾਂ ਬੇਨਤੀ ਕਰੂੰਗਾ। ਫਤਿਹ ਤੂੰ ਵੀ ਕੁਛ ਕਹਿ ਸਾਰੀ ਸੰਗਤ ਨੂੰ। ਅਸੀਂ ਪੂਰੇ ਪੰਜਾਬ ਨੂੰ ਬੇਨਤੀ ਕਰਦੇ ਹਾਂ ਜੀ, ਜਿਹੜਾ ਹਾਲ ਬੁੱਢੇ ਦਰਿਆ ਦਾ ਕੀਤਾ ਹੋਇਆ, ਇਸ ਜਿਹੜੀਆਂ ਲੁਧਿਆਣੇ ਦੀਆਂ ਇੰਡਸਟਰੀਆਂ, ਜਿੰਨੀਆਂ ਇੰਡਸਟਰੀਆਂ ਹੈਗੀਆਂ, ਉਹਨਾਂ ਨੇ ਜਿਹੜਾ ਆਪਦਾ ਵੇਸਟ ਵਾਟਰ ਹੈ ਟ੍ਰੀਟ ਨਹੀਂ ਕਰਦੀਆਂ, ਸਾਰਾ ਪਾਣੀ ਪਾ ਕੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਉੱਥੋਂ ਪੋਲਿਊਸ਼ਨ ਹੋ ਰਿਹਾ ਜਾਂ ਹੋਰ ਕਈ ਤਰ੍ਹਾਂ ਦਾ ਪਾਣੀ ਨਾਲ ਪੋਲਿਊਸ਼ਨ ਹੋ ਰਿਹਾ, ਲੋਕ ਬੜੇ ਪਰੇਸ਼ਾਨ ਨੇ, ਉਹਦੇ ਖਿਲਾਫ਼ ਆਪਾਂ ਆਵਾਜ਼ ਚੱਕੀਏ। ਜਿਵੇਂ ਇਸ ਇੰਡਸਟਰੀ ਆਪਾਂ ਮਾਲਬਰੋਸ ਇੰਡਸਟਰੀ ਬੰਦ ਕਰਵਾਈ ਆ, ਕਿਉਂਕਿ ਇਹ ਵੀ ਪਾਣੀ ਜਿਹੜਾ ਸੀਗੀ ਥੱਲੇ ਪਾਉਂਦੀ ਸੀ, ਪਲਿਊਟ ਕਰਦੀ ਸੀਗੀ ਵਾਟਰ, ਸਾਰਾ ਪਲਿਊਟ ਸਾਡਾ ਇਲਾਕਾ ਇਹਨੇ ਪਲਿਊਟ ਕਰਕੇ ਰੱਖਤਾ ਸੀ। ਉਸੇ ਤਰ੍ਹਾਂ ਲੋਕ ਲੁਧਿਆਣੇ ਦੇ, ਜਿੰਨੀ ਦੀ ਆਬਾਦੀ ਆ ਲੁਧਿਆਣੇ, ਸਾਰੇ ਉਸ ਗੰਦੇ ਪਾਣੀ ਤੋਂ, ਉਸ ਨਾਲੇ ਤੋਂ ਪ੍ਰਭਾਵਿਤ ਨੇ। ਆਪਾਂ ਉਹਦੇ ਖਿਲਾਫ਼ ਆਵਾਜ਼ ਚੱਕੀਏ ਤਾਂ ਕਿ ਉਹ ਜਿਹੜੀਆਂ ਸਾਰੀਆਂ ਇੰਡਸਟਰੀਆਂ ਹੈਗੀਆਂ ਉਹ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਨਾ ਪਾਉਣ। ਸਾਡੇ ਨਾਲ ਸਰਪੰਚ ਕੁਲਵਿੰਦਰ ਸਿੰਘ ਆ, ਤੁਹਾਡੇ ਹਾਲ ਤੋਂ ਸਰਪੰਚ ਸਾਹਿਬ ਤੁਸੀਂ ਬੇਨਤੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੇਰੇ ਛੋਟੇ ਵੀਰਾਂ ਨੇ ਆਪ ਨੂੰ ਦੱਸਿਆ, ਬੇਨਤੀ ਕੀਤੀ ਆ ਕਿ 24 ਅਗਸਤ ਨੂੰ ਬੁੱਢੇ ਨਾਲੇ 'ਤੇ ਜੋ ਮੋਰਚਾ ਲੱਗਣ ਜਾ ਰਿਹਾ, ਜੋ ਵੀ ਪੰਜਾਬ ਪੱਖੀ ਜਥੇਬੰਦੀਆਂ ਉੱਥੇ ਇਕੱਠੀਆਂ ਹੋ ਰਹੀਆਂ, ਪੰਜਾਬ ਪੱਖੀ ਲੋਕ ਇਕੱਠੇ ਹੋ ਰਹੇ ਆ, ਕਿਉਂਕਿ ਉਹ ਗੰਦਾ ਪਾਣੀ ਸਾਰਾ ਦਰਿਆ ਵਿੱਚ ਦੀ ਹੋ ਕੇ, ਨਹਿਰਾਂ ਵਿੱਚ ਦੀ ਹੋ ਕੇ ਸਾਡੇ ਘਰਾਂ ਨੂੰ, ਸਾਡੇ ਲੋਕਾਂ ਨੂੰ ਦੂਸ਼ਿਤ ਕਰ ਰਿਹਾ। ਉਹਨੂੰ ਬੰਦ ਕਰਾਉਣ ਦੀ ਖਾਤਰ ਅਸੀਂ ਜਿਹੜਾ ਸਾਂਝਾ ਮੋਰਚਾ ਜੀਰਾ ਵੱਲੋਂ ਸਾਰੀ ਸੰਗਤ ਨੂੰ, ਖਾਸ ਕਰਕੇ ਹਲਕਾ ਜੀਰਾ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ 24 ਤਰੀਕ ਨੂੰ ਉੱਥੇ ਲੁਧਿਆਣੇ ਪਹੁੰਚ ਕੇ ਉਹਨਾਂ ਸਾਥ ਦੇਈਏ, ਔਰ ਗੰਦੇ ਪਾਣੀ ਦਾ ਜੋ ਵਹਾਅ ਚੱਲ ਰਿਹਾ ਉਹਨੂੰ ਬੰਦ ਕਰਾਈਏ। ਇੰਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਇਹ ਜਿਹੜਾ ਬੁੱਢਾ ਨਾਲਾ ਨਾ, ਜਿੰਨੀਆਂ ਫੈਕਟਰੀਆਂ 'ਚ ਗੰਦਾ ਪਾਣੀ ਪਾਉਂਦੀਆਂ, ਇਹ ਪਾਣੀ ਸਾਰਾ ਬੁੱਢੇ ਨਾਲੇ ਦਾ ਸਤਲੁਜ 'ਚ ਪੈਂਦਾ। ਸਤਲੁਜ ਵਿੱਚ ਪੈ ਕੇ ਉਹ ਹਰੀ ਕੇ ਪੱਤਣ ਆਉਂਦਾ, ਅਤੇ ਹਰੀ ਕੇ ਪੱਤਣ ਤੋਂ ਜਿਹੜੀਆਂ ਨਹਿਰਾਂ ਜਾਂਦੀਆਂ, ਫਰੀਦਕੋਟ ਵਾਲੀਆਂ ਨਹਿਰਾਂ ਜਿਹਨਾਂ ਨੂੰ ਆਮ ਹੀ ਆਪਾਂ ਕਹਿ ਦਿੰਦੇ ਹਾਂ, ਉਹ ਨਹਿਰਾਂ 'ਚ ਪਾਣੀ ਜਾਂਦਾ, ਅਤੇ ਉਹ ਪਾਣੀ ਪੀ ਕੇ ਲੋਕਾਂ ਨੂੰ ਕੈਂਸਰ ਹੋ ਰਿਹਾ, ਲੋਕਾਂ ਨੂੰ ਗੰਭੀਰ ਬਿਮਾਰੀਆਂ ਹੋ ਰਹੀਆਂ ਨੇ। ਵੀਰੋ, ਆਪ ਜੀ ਨੂੰ ਬੇਨਤੀ ਕਰਦੇ ਹਾਂ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਮੋਰਚਾ ਕਾਲੇ ਪਾਣੀ ਦਾ 24 ਤਰੀਕ ਨੂੰ, 24 ਅਗਸਤ ਨੂੰ ਰੋਡ ਮਾਰਚ ਹੋ ਰਿਹਾ ਲੁਧਿਆਣੇ ਦੇ ਵਿੱਚ। ਸਾਰੇ ਵੀਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਲੁਧਿਆਣੇ ਦੇ ਵਿੱਚ 24 ਤਰੀਕ ਨੂੰ ਵੱਡੇ ਇਕੱਠ ਦੇ ਵਿੱਚ ਪਹੁੰਚਿਓ। ਸਾਂਝਾ ਮੋਰਚਾ ਵੱਲੋਂ ਬੇਨਤੀ ਆ, ਅਸੀਂ ਵੀ ਜਾ ਰਹੇ ਹਾਂ, ਜਿਹੜੇ ਵੀਰ ਨੇ ਜਾਣਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।